ਅਸੀਂ ਪਹਿਲੀ ਵੋਟ ਪਾਣ ਆਏ ਹੈਗੇ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਆਪਣੀ ਪਹਿਲੀ ਵੋਟ ਪਾ ਕੇ। ਕੀ ਸੋਚ ਕੇ ਅੱਜ ਜਿਹੜੀ ਵੋਟ ਪਾਈ ਗਈ ਆ? ਅਸੀਂ ਇਹ ਸੋਚ ਕੇ ਵੋਟ ਪਾਈ ਹੈਗੀ ਆ ਕਿ ਜਿਹਦੇ ਲਈ ਅਸੀਂ ਪਾਵਾਂਗੇ ਜੋ ਸਾਡੀ ਸਰਕਾਰ ਬਣੂਗੀ ਉਹ ਸਾਡੇ ਦੇਸ਼ ਦੀ ਭਲਾਈ ਕਰੂਗੀ ਤਾਂ ਅੱਗੇ ਜੋ ਵੀ ਮੁਸ਼ਕਲਾਂ ਆਉਂਦੀਆਂ ਪਈਆਂ ਆ ਉਹਨਾਂ ਨੂੰ ਸਹੀ ਕਰਨਗੇ। ਲਿਵਿੰਗ ਇੰਡੀਆ ਤੇ ਟੀਮ ਤੇ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਦਿਖਾਈ ਜਾ ਰਹੀ ਹੈ। ਜੇਕਰ ਗੱਲ ਕਰੀਏ ਲੋਕ ਸਭਾ ਜਿਮਨੀ ਚੋਣ ਜ਼ਿਲ੍ਹਾ ਜਲੰਧਰ ਦੀ ਹੋਣ ਜਾ ਰਹੀ ਹੈ ਤੇ ਨਕੋਦਰ ਦੇ ਵਿੱਚ ਖੜੇ ਆ ਕਿਉਂਕਿ ਅੱਜ ਜਿਹੜਾ ਹੈਗਾ ਵਾ ਕੁਝ ਜਿਹੜੇ ਨਵੇਂ ਏਜ 18 ਦੇ ਕਰੀਬ ਜਿਹੜੇ ਜਿਨ੍ਹਾਂ ਦੀ ਵੋਟਿੰਗ ਬਣੀ ਹੈਗੀ ਆ ਵੋਟ ਬਣੀ ਆ ਉਹ ਅੱਜ ਵੋਟ ਪਾਉਣ ਪਹੁੰਚੇ ਨੇ। ਬੇਟਾ ਜੀ ਕੀ ਨਾਮ ਹੈ? ਸਾਡਾ ਨਾਮ ਮੋਨਿਕਾ ਹੈ ਤੇ ਅਸੀਂ 18 ਏਜ ਦੇ ਹੋ ਗਏ। ਸਾਡੀ ਅੱਜ ਪਹਿਲੀ ਵੋਟ ਹੈਗੀ ਆ। ਅਸੀਂ ਅੱਜ ਬਹੁਤ ਖੁਸ਼ ਹਾਂ ਕਿ ਅਸੀਂ ਪਹਿਲੀ ਵੋਟ ਪਾਣ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਪਹਿਲੀ ਵੋਟ ਪਾਣ ਆਏ ਹੈਗੇ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਆਪਣੀ ਪਹਿਲੀ ਵੋਟ ਪਾ ਕੇ। ਕਿਸੇ ਤਰ੍ਹਾਂ ਦੀ ਮੁਸ਼ਕਲ ਆਈ? ਨਹੀਂ, ਕੋਈ ਮੁਸ਼ਕਲ ਨਹੀਂ ਆਈ। ਕੀ ਸੋਚ ਕੇ ਅੱਜ ਜਿਹੜੀ ਵੋਟ ਪਾਈ ਗਈ ਆ? ਅਸੀਂ ਇਹ ਸੋਚ ਕੇ ਵੋਟ ਪਾਈ ਹੈਗੀ ਆ ਕਿ ਜਿਹਦੇ ਲਈ ਅਸੀਂ ਪਾਵਾਂਗੇ ਜੋ ਸਾਡੀ ਸਰਕਾਰ ਬਣੂਗੀ ਉਹ ਸਾਡੇ ਦੇਸ਼ ਦੀ ਭਲਾਈ ਕਰੂਗੀ ਤਾਂ ਅੱਗੇ ਜੋ ਵੀ ਮੁਸ਼ਕਲਾਂ ਆਉਂਦੀਆਂ ਪਈਆਂ ਆ ਉਹਨਾਂ ਨੂੰ ਸਹੀ ਕਰਨਗੇ। ਕਿਹੜੀਆਂ ਮੁਸ਼ਕਲਾਂ ਜੇਕਰ ਗੱਲ ਕਰੀਏ ਆਪਾਂ ਕਿਹੜੀਆਂ ਮੁਸ਼ਕਲਾਂ ਨੂੰ ਲੈ ਕੇ ਅੱਜ ਕਿਹੜੀ ਸੋਚ ਲੈ ਕੇ ਜਿਹੜੀ ਹੈਗੀ ਆ ਪਹਿਲੀ ਵੋਟ ਪਾਈ ਗਈ ਆ? ਜਿੱਦਾਂ ਕਿ ਗਰੀਬਾਂ ਦੀ ਮਦਦ ਕਰਨਾ ਹੈ ਨਾ, ਜਿਨ੍ਹਾਂ ਦਾ ਰਾਸ਼ਨ ਕਾਰਡ ਨਹੀਂ ਬਣਿਆ ਉਹਨਾਂ ਦਾ ਬਣਾਉਣਾ ਹੈਗਾ ਆ। ਹੋਰ ਵੀ ਕਈ ਮੁਸ਼ਕਲਾਂ ਹੈਗੀਆਂ ਆ। ਬਾਕੀ ਜਿੱਦਾਂ ਕਿ ਪਿੰਡਾਂ ਵਿੱਚ ਹੈਗੇ ਆ ਉਹ ਲੋਕ ਜਿਹੜੇ ਨਹੀਂ ਹੈਗੇ ਉਹਨਾਂ ਦੀ ਮੁਸ਼ਕਲਾਂ ਨੂੰ ਹੱਲ ਕਰਨਾ ਘਰੇ ਘਰੇ ਜਾ ਕੇ ਤੇ ਹੋਰ ਵੀ ਹੈਗੀਆਂ ਆ ਬਥੇਰੀਆਂ। ਇਹਨਾਂ ਦੀ ਗਿਣਤੀ ਵੀ ਬਹੁਤ ਘੱਟ ਹੈ, ਬਹੁਤ ਜ਼ਿਆਦਾ ਹੈਗੀ ਜਿਨ੍ਹਾਂ ਨੂੰ ਮੈਂ ਨਹੀਂ ਉਹ ਕਰ ਸਕਦੀ। ਜੇਕਰ ਗੱਲ ਕਰੀਏ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਬਹੁਤ ਹੈਗਾ ਵਾ ਤੇ ਸਾਡੇ ਨਾਲ ਜੇਕਰ ਗੱਲ ਕਰੀਏ ਲੋਕ ਜਿਹੜੇ ਹੈਗੇ ਆ ਇੱਥੇ ਵੋਟਿੰਗ ਕਰਨ ਲਈ ਆ ਰਹੇ ਨੇ। ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕ ਜਿਹੜੇ ਹੈਗੇ ਆ ਅੱਜ ਕਿਹੜੀ ਸੋਚ ਨੂੰ ਲੈ ਕੇ ਵੋਟਿੰਗ ਕਰਨਗੇ ਕਿਉਂਕਿ ਲੋਕ ਸਭਾ ਜਿਮਨੀ ਚੋਣ ਜਿਹੜੀ ਹੈਗੀ ਆ ਸੰਤੋਖ ਸਿੰਘ ਚੌਧਰੀ ਜਿਹੜੇ ਕਿ ਆਪਣੇ MP ਸਨ ਉਹਨਾਂ ਨੇ ਜਦੋਂ ਇੱਕ ਯਾਤਰਾ ਚੱਲ ਰਹੀ ਸੀ ਤਿਰੰਗਾ ਯਾਤਰਾ ਉਹਦੇ ਦੌਰਾਨ ਜਿਹੜਾ ਹੈਗਾ ਵਾ ਆਪਣੇ ਅਕਾਲ ਚਲਾਣਾ ਕਰ ਗਏ ਸਨ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਮਨੀ ਚੋਣ ਜ਼ਿਲ੍ਹਾ ਜਲੰਧਰ ਦੀ ਆਈ ਆ ਵੋਟਿੰਗ ਕਿਉਂਕਿ ਵੋਟਿੰਗ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਆ। ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਪੈਰਾ ਮਿਲਟਰੀ ਦੀਆਂ ਜਿਹੜੀਆਂ ਟੀਮਾਂ ਹਨ ਉਹ ਵੀ ਆਪਣੀ ਡਿਊਟੀ ਤੈਨਾਤ ਹਨ ਕਿਉਂਕਿ ਜੇਕਰ ਗੱਲ ਕਰੀਏ ਜ਼ਿਲ੍ਹਾ ਜਲੰਧਰ ਦੀ ਜਿਮਨੀ ਚੋਣ ਹੋਣ ਜਾ ਰਹੀ ਆ ਤੇ ਹਰ ਇੱਕ ਉਮੀਦਵਾਰ ਵੀ ਆਪਣੀ ਆਪਣੀ ਜਿੱਤ ਨੂੰ ਲੈ ਕੇ ਕਈ ਤਰ੍ਹਾਂ ਦਾ ਪ੍ਰਚਾਰ ਕਰ ਚੁੱਕਾ ਪਰ ਹੁਣ ਇਹ ਦੇਖਣਾ ਹੋਵੇਗਾ ਜਿਹੜੀਆਂ ਮਤਾਵਾਂ ਨੇ ਮਤਾਵਾਂ ਵੀ ਇੱਥੇ ਪਹੁੰਚ ਰਹੀਆਂ ਨੇ। ਜੇਕਰ ਗੱਲ ਕਰੀਏ ਤਾਂ ਵੋਟਿੰਗ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਚੁੱਕੀ ਆ। ਹਰ ਇੱਕ ਏਜ ਦਾ ਜਿਹੜਾ ਵਿਅਕਤੀ ਹੈਗਾ ਵਾ ਵੋਟਿੰਗ ਕਰਨ ਆ ਰਿਹਾ ਆ। ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਹਰ ਇੱਕ ਤਰ੍ਹਾਂ ਦੇ ਬੂਥ ਵੀ ਜਿਹੜੇ ਲਗਾਏ ਗਏ ਨੇ ਹਰ ਇੱਕ ਪਾਰਟੀ ਵੱਲੋਂ। ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ 13 ਤਰੀਕ ਆਵੇਗੀ ਉਸ ਦੇ ਵਿੱਚ ਕੀ ਰਿਜ਼ਲਟ ਆਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਦੇ ਨਾਲ ਪਨੀਤ ਅਰੋੜਾ, ਲਿਵਿੰਗ ਇੰਡੀਆ ਨਿਊਜ਼, ਨਕੋਦਰ।